ਉਹ ਮੇਰੀ ਜਾਨ ਕੀ ਹਾਲ ਚਾਲ ਹੈ? ਪਹਿਲਾਂ ਤੇਰਾ ਠੀਕ ਠਾਕ, ਉਮੀਦ ਕਰਦਾ ਠੀਕ ਹੋਏਗਾ ਤੂੰ, ਹੈ ਨਾ? ਦੂਜੀ ਗੱਲ ਭਰਾਵਾ, ਤੇਰਾ ਵਧੀਆ ਸਿਸਟਮ ਸਾਰਾ, ਪੇਜ ਪੂਜਾ ਦੇਖ ਕੇ ਹੱਸ ਲੈਣਾ 10 ਮਿੰਟ। ਤੇ ਤੀਜੀ ਗੱਲ ਇਹ ਹੈ ਮੇਰੀ ਜਾਨ, ਵੀ ਮੈਂ ਕੋਈ ਜਿੱਤ ਹਾਰ ਦਾ ਤਾਂ ਆਪਾਂ ਨੂੰ ਕੋਈ ਸਿਸਟਮ ਹੀ ਨਹੀਂ ਹੈਗਾ ਜਾਨ, ਮੈਂ ਤਾਂ ਬਹੁਤ ਖੁਸ਼ ਹਾਂ। ਮੈਂ 4 ਦਿਨ ਹੋ ਗਿਆ ਸਟੂਡੀਓ 'ਚ, ਅਤੇ ਕੋਈ ਗੱਲ ਨਹੀਂ ਹੈਗੀ ਇਹੋ ਜਿਹੀ। ਹੁਣ ਪਤਾ ਨਹੀਂ ਕੀ, ਹੁਣ ਸੋਸ਼ਲ ਮੀਡੀਆ ਜਾਨ ਪਤਾ, ਤੈਨੂੰ ਪਤਾ ਸਾਰਾ ਕੁਛ ਹੈ ਨਾ, ਅਤੇ ਕੋਈ ਦਿੱਕਤ ਵਾਲੀ ਗੱਲ ਨਹੀਂ। ਨੇਰੀਆਂ ਨੂਰੀਆਂ ਤੋਂ ਨਾ ਆਪਾਂ ਕਹਿ ਡਰੇ ਹਾਂ, ਵੀ ਆਪਾਂ ਨੂੰ ਤਾਂ ਇਹ ਹੈ ਵੀ ਆਪਾਂ ਆਪਦਾ ਜੋ ਆਪਾਂ ਕਰਨਾ ਉਹ ਕਰਨਾ, ਹੈ ਨਾ? ਉਹ ਕੀੜਾ ਕੱਢਣਾ ਉਹ ਆਪਾਂ ਕੱਢਿਆ, ਅੱਗੇ ਵੀ ਕੱਢਾਂਗੇ ਜਦੋਂ ਬਾਬੇ ਨੇ ਟਾਈਮ ਦਿੱਤਾ, ਹੈ ਨਾ? ਸੋ ਇਹ ਚੀਜ਼ਾਂ ਜੀਆਂ ਨੇ, ਕੋਈ ਦਿੱਕਤ ਵਾਲੀ ਗੱਲ ਨਹੀਂ। ਜਾਂ ਜਮੀ ਹੈਪੀ ਹਾਂ ਅਤੇ ਬਹੁਤ ਜ਼ਿਆਦਾ ਬਲੈਸਡ, ਅਤੇ ਮੈਂ ਕਹਿੰਦਾ ਵੀ ਪੋਜ਼ਿਟਿਵ ਆ, ਕੋਈ ਦਿੱਕਤ ਵਾਲੀ ਗੱਲ ਨਹੀਂ। ਪਿੱਛੇ ਪਿੱਛੇ ਹਟਣ ਵਾਲੇ ਤਾਂ ਆਪਾਂ ਕਦੇ ਖੂਨ 'ਚ ਨਹੀਂ ਜਾਣ, ਜੇ ਪਿੱਛੇ ਹਟਣਾ ਹੁੰਦਾ ਤਾਂ ਕਦੋਂ ਦੇ ਆਪਾਂ ਕਹਿੰਦੇ ਮੈਂ ਨਹੀਂ ਕਰਨਾ ਜੀ, ਮੈਂ ਨਹੀਂ ਕਰਨਾ, ਕੋਈ ਦਿੱਕਤ ਨਹੀਂ ਜਾਣ। ਹਰ ਸਾਰੀਆਂ ਜੰਗਾਂ ਜਿੱਤਣ ਖਾਤਰ ਥੋੜ੍ਹੇ ਖਾਤਰ ਥੋੜ੍ਹੀਆਂ ਲੜੀਆਂ ਜਾਂਦੀਆਂ ਹੁੰਦੀਆਂ, ਕਈ ਵਜੂਦ ਦੱਸਣ ਖਾਤਰ ਵੀ ਹੁੰਦੀਆਂ ਵੀ ਹਾਂ ਹੈਗੇ ਆ। ਕੋਈ ਦਿੱਕਤ ਵਾਲੀ ਗੱਲ ਨਹੀਂ ਮੇਰੀ ਜਾਣ, ਬਾਕੀ ਭਰਾ ਤੂੰ ਜਿਉਂਦਾ ਵੱਸਦਾ। ਮੈਂ ਵੀਰ ਜੀ, ਮੈਂ ਤੁਹਾਡੇ ਨਾਲ ਕਰਕੇ, ਮੈਂ ਦੱਸੋ ਮੈਂ ਕਹਿਣ ਨੂੰ ਜਾਣਾ, ਪਰ ਇਹ ਤੈਨੂੰ ਮੈਂ ਦੱਸਦਾ, ਫੋਨ ਨਾ ਜਾਵੜੇ ਦੁਬਾਰੇ, ਸੁਣ ਗਈ ਗੱਲ? ਰੁਪਈਆ ਨੀ ਮਿਲਣਾ ਜਿਹਦੇ ਕੋਲੇ ਮਰਜ਼ੀ ਜਾਵੜਾ, ਜਿਹਨੂੰ ਮਰਜ਼ੀ ਖਸਮ ਬਣਾ ਲੈ ਜਾ ਕੇ, ਰੁਪਈਆ ਨੀ ਮਿਲਣਾ ਭਾਵੇਂ ਕੈਪਟਨ ਅਮਰਿੰਦਰ ਸਿੰਘ ਕੋਲੇ ਜਾਵੜਾ, ਇੱਕ ਰੁਪਈਆ ਨੀ ਮਿਲਣਾ ਤੈਨੂੰ, ਸੁਣ ਗਈ ਗੱਲ? ਪੱਲਿਓਂ ਦੇ ਕੇ ਖੇੜਾ ਛਡਾਏਗਾ ਗੱਲ ਮੇਰੀ। ਇਹ ਨੀ ਪਤਾ ਦੀਪ ਸਿੱਧੂ ਮਰ ਗਿਆ, ਤੁਸੀਂ ਉਹੀ ਲੋਕ ਉਦੋਂ ਗਦਾਰ ਦਾ ਠੱਪਾ ਲਾਉਂਦੇ ਸੀ ਉਹਦੇ ਤੇ, ਉਹਦੀਆਂ ਅੱਖਾਂ 'ਚ ਪਾਣੀ ਸੀ, ਤੇ ਮੈਂ ਤਾਂ ਇਸ ਦੁਨੀਆਦਾਰੀ ਨੂੰ ਸਮਝ ਚੁੱਕਿਆ ਕਿ ਲੋਕੋ ਇੱਥੇ ਬੰਦੇ ਨੂੰ ਆਪਣੀ ਜਾਨ ਦੇਣੀ ਪੈਂਦੀ ਹੈ ਲੋਕਾਂ ਨੂੰ ਇਹ ਦਿਖਾਉਣ ਖਾਤਰ ਵੀ ਮੇਰੀ ਕੀਮਤ ਕੀ ਸੀ। ਅੱਜ ਉਹ ਚੱਲ ਗਿਆ ਵਿਚਾਰਾ, ਸਾਨੂੰ ਛੱਡ ਗਿਆ, ਉਹਦੀ ਇੰਨੀ ਸੱਚ ਬੋਲਣ ਵਾਲਿਆਂ ਦੀ ਜ਼ਿੰਦਗੀ ਇੰਨੀ ਕੀ ਹੁੰਦੀ ਹੈ? ਪਰ ਤੁਸੀਂ ਇਹਨਾਂ ਚੀਜ਼ਾਂ ਦਾ ਬਈ ਨਜਾਇਜ਼ ਫਾਇਦਾ ਨਾ ਚੱਕੋ। ਜੋ ਕਰੂਗਾ ਸੋ ਭਰੂਗਾ, ਉਹ ਕਹਿੰਦੇ ਨੇ ਹੁੰਦੇ, ਕਹਿੰਦੇ ਦੇਖੀ ਚੱਲ, ਬਾਬਾ ਨਾਨਕ ਜੀ ਨੇ ਕਿਹਾ ਸੀ, ਦੇਖੀ ਚੱਲ ਮਰਦਾਂ ਦੇ ਰੰਗ ਕਰਤਾਰ ਦੇ, ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ।